ਬੇਹੱਦ ਭਿਆਨਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਟੈਂਕਰ ਦੇ ਨਾਲ ਦੂਜੇ ਟੈਂਕਰ ਦੀ ਟੱਕਰ ਹੋਈ ਹੈ ਤੇ ਇੰਨੀ ਜ਼ੋਰਦਾਰ ਟੱਕਰ ਹੋਈ ਕਿ ਇਸ ਟੈਂਕਰ ਦਾ ਕੈਬਿਨ ਅੰਦਰ ਧਸ ਗਿਆ ਤੇ ਵਿੱਚ ਡਰਾਈਵਰ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਜਿਸ ਨੂੰ ਕੈਬਿਨ ਕੱਟ ਕੇ ਬਾਹਰ ਕੱਢਣਾ ਪਿਆ। ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਲੋਕਾਂ ਦੇ ਵੱਲੋਂ ਵੀ ਕਾਫੀ ਜੱਦੋ-ਜਹਿਦ ਕੀਤੀ ਗਈ ਇਸ ਫਸੇ ਹੋਏ ਡਰਾਈਵਰ ਨੂੰ ਬਾਹਰ ਕੱਢਣ ਦੀ, ਪਰ ਕੜੀ ਮਸ਼ਕਤ ਤੋਂ ਬਾਅਦ ਵੀ ਇਸ ਕੈਬਿਨ ਨੂੰ ਕੱਟਣਾ ਪਿਆ ਹੈ ਤੇ ਫਿਰ ਜਾ ਕੇ ਇਸ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਹਾਦਸਾ ਖੰਨਾ ਨੈਸ਼ਨਲ ਹਾਈਵੇ ਤੇ ਵਾਪਰਿਆ ਹੈ ਜਿੱਥੇ ਇੱਕ ਖੜੇ ਹੋਏ ਟੈਂਕਰ ਦੇ ਵਿੱਚ ਪਿੱਛੋਂ ਆ ਕੇ ਦੁੱਧ ਦਾ ਭਰਿਆ ਟੈਂਕਰ ਜ਼ੋਰ ਨਾਲ ਟਕਰਾਉਂਦਾ ਹੈ। ਟੱਕਰ ਇੰਨੀ ਜ਼ੋਰਦਾਰ ਹੁੰਦੀ ਹੈ ਕਿ ਇਸ ਦੁੱਧ ਨਾਲ ਭਰੇ ਟੈਂਕਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਅੰਦਰ ਨੂੰ ਧਸ ਜਾਂਦਾ ਹੈ ਜਿੱਥੇ ਡਰਾਈਵਰ ਬੈਠਾ ਹੁੰਦਾ ਹੈ ਤੇ ਡਰਾਈਵਰ ਵੀ ਇਸ ਕੈਬਿਨ ਦੇ ਵਿੱਚ ਹੀ ਫਸ ਜਾਂਦਾ ਹੈ। ਲੋਕ ਕਾਫੀ ਜੱਦੋ-ਜਹਿਦ ਕਰਦੇ ਨੇ ਇਸ ਡਰਾਈਵਰ ਨੂੰ ਬਾਹਰ ਕੱਢਣ ਦੀ, ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਆਖਿਰਕਾਰ ਇਸ ਕੈਬਿਨ ਨੂੰ ਕੱਟ ਕੇ ਫਿਰ ਇਸ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜੋ ਸੜਕ ਦੇ ਕਿਨਾਰੇ ਤੇ ਟੈਂਕਰ ਖੜਾ ਸੀ ਉਹ ਦਰਅਸਲ ਖਰਾਬ ਹੋ ਚੁੱਕਿਆ ਸੀ, ਜਿਸ ਲਈ ਉਸਨੂੰ ਸੜਕ ਤੇ ਹੀ ਖੜਾ ਕੀਤਾ ਗਿਆ ਸੀ ਤੇ ਤੇਜ਼ ਰਫ਼ਤਾਰ ਚ ਆਉਂਦਾ ਹੈ ਦੁੱਧ ਦਾ ਟੈਂਕਰ ਪਿੱਛੋਂ ਆ ਕੇ ਇਸ ਖੜੇ ਟੈਂਕਰ ਦੇ ਵਿੱਚ ਜਾ ਵੱਜਿਆ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਇਸ ਦੁੱਧ ਨਾਲ ਭਰੇ ਟੈਂਕਰ ਦਾ ਕੈਬਿਨ ਅੰਦਰ ਨੂੰ ਧਸ ਗਿਆ ਤੇ ਜੋ ਡਰਾਈਵਰ ਇਸ ਦੇ ਵਿੱਚ ਸਵਾਰ ਸੀ ਉਹ ਵੀ ਇਸ ਵਿੱਚ ਬੁਰੀ ਤਰ੍ਹਾਂ ਫਸ ਗਿਆ। ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚੀ, ਜਿਨ੍ਹਾਂ ਨੇ ਬੜੀ ਮੁਸ਼ਕਿਲ ਦੇ ਨਾਲ ਕੈਬਿਨ ਕੱਟ ਕੇ ਇਸ ਡਰਾਈਵਰ ਨੂੰ ਬਾਹਰ ਕੱਢਿਆ ਤੇ ਫਿਰ ਹਸਪਤਾਲ ਚ ਪਹੁੰਚਾਇਆ। ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਿਸ ਤਰ੍ਹਾਂ ਦੇ ਨਾਲ ਇਹ ਡਰਾਈਵਰ ਇਸ ਟੈਂਕਰ ਦੇ ਕੈਬਿਨ ਚ ਫਸ ਗਿਆ ਸੀ ਤਾਂ ਉਸਨੂੰ ਕੱਢਣਾ ਕਾਫੀ ਔਖਾ ਹੋ ਗਿਆ ਸੀ। ਗੱਡੀ ਸਵੇਰ ਦੀ ਰੋਡ ਤੇ ਖਰਾਬ ਖੜੀ ਆ, ਇਹਦਾ ਟਾਇਰ ਫੱਟਣ ਕਰਕੇ ਇਹ ਡਰਾਈਵਰ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਇਹ ਟੈਂਕਰ ਦੁੱਧ ਦਾ ਭਰਿਆ ਹੋਇਆ ਆ ਰਿਹਾ ਸੀਗਾ। ਉਧਰੋਂ ਇੱਕ ਲਖਤ ਖੱਬੀ ਸਾਈਡ ਤੇ ਇਹਨੂੰ ਕਾਰਾਂ ਨੇ ਕ੍ਰਾਸ ਕੀਤਾ, ਡਰਾਈਵਰ ਨੇ ਬ੍ਰੇਕ ਲਾਈ ਪਰ ਗੱਡੀ ਦੁੱਧ ਲੋਡ ਹੋਣ ਕਰਕੇ ਝੋਲ ਮਾਰ ਗਈ ਤੇ ਡਰਾਈਵਰ ਨੇ ਬਚਾਅ ਬਹੁਤ ਕੀਤਾ, ਫਿਰ ਵੀ ਉਹਦਾ ਸੱਜਾ ਪਾਸਾ ਗੱਡੀ ਦੇ ਨਾਲ ਬੈਕ ਸਾਈਡ ਟਕਰਾ ਗਿਆ, ਜਿਹਦੀ ਵਜ੍ਹਾ ਨਾਲ ਉਸ ਡਰਾਈਵਰ ਦੀਆਂ ਲੱਤਾਂ ਦੋਏ ਨੁਕਸਾਨੀਆਂ ਗਈਆਂ, ਪਰ ਉਹ ਸਿਹਤ ਵਜੋਂ ਠੀਕ ਆ। ਅਸੀਂ ਹੌਸਲਾ ਦੇ ਕੇ ਰੱਖਿਆ ਉਹ ਬੰਦੇ ਨੂੰ, ਅਸੀਂ ਬਹੁਤ ਔਖਾ ਟੋਚਨ ਪਾ ਕੇ ਗੱਡੀ ਦੇ ਵਿੱਚੋਂ ਉਹਨੂੰ ਬਾਹਰ ਕੱਢਿਆ ਤੇ ਬਾਕੀ ਹੁਣ ਅਸੀਂ ਉਹਨੂੰ ਹਸਪਤਾਲ ਭੇਜਤਾ ਤੇ ਪੁਲਿਸ ਵੀ ਆ ਗਈ ਆ ਤੇ ਦੇਖੋ ਹੁਣ ਅੱਗੇ ਕਾਰਵਾਈ ਕੀ ਹੁੰਦੀ ਆ। ਡਰਾਈਵਰ ਹਾਲੇ ਪਤਾ ਨਹੀਂ ਲੱਗ ਰਿਹਾ ਹਾਏ ਕਿੱਥੇ ਆ, ਜਿਹੜਾ ਅਗਲੀ ਗੱਡੀ ਰੋਡ ਤੇ ਖੜੀ ਸਵੇਰ ਦੀ ਇਹ ਸਵੇਰ ਦੀ ਖੜੀ ਆ ਜੀ, ਇਹਨੂੰ ਕਈ ਘੰਟੇ ਹੋ ਗਏ ਰੋਡ ਤੇ ਖੜੀ। ਇਹਦੇ ਵਿੱਚ ਕਿੰਨੇ ਜਾਣੇ ਸੀ? ਇਹਦੇ ਵਿੱਚ ਦੋ ਜਾਣੇ ਸੀਗੇ ਤੇ ਦੂਜਾ ਬੰਦਾ ਕੋਲੇ ਹੀ ਆ ਜੀ, ਉਹ ਇੱਧਰ ਉੱਧਰ ਚਲੇ ਗਿਆ। ਅੱਛਾ ਹਾਂਜੀ, ਉਹਦੇ ਨਾਲ ਡਰਾਈਵਰ ਦੇ ਨਾਲ ਅਸੀਂ ਭੇਜਿਆ ਹਸਪਤਾਲ, ਗਈ ਆ ਗੱਡੀ ਐਂਬੂਲੈਂਸ ਲੈ ਕੇ ਜਿਹੜੀ ਰੋਡ ਵਾਲਿਆਂ ਦੀ ਹੁੰਦੀ ਆ ਉਹ ਵੀ ਮੌਕੇ ਤੇ ਆ ਗਏ ਸੀਗੇ ਤੇ ਇਸ ਕਰਕੇ ਅਸੀਂ ਫਿਰ ਉਹ ਡਰਾਈਵਰ ਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਭੇਜਤਾ। ਜਿਹੜੀ ਰੋਡ ਦੀ ਐਂਬੂਲੈਂਸ ਹੁੰਦੀ ਆ ਉਹ ਸਾਡੇ ਕੋਲ ਤੁਰੰਤ ਪਹੁੰਚ ਗਈ ਸੀ ਤੇ ਬਾਕੀ ਟੋਚਨ ਕਰਕੇ ਗੱਡੀ ਨੂੰ ਅਸੀਂ ਗਾਹਾਂ ਕੱਢ ਕੇ ਡਰਾਈਵਰ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ, ਪਰ ਉਹਦੀਆਂ ਲੱਤਾਂ ਇੱਕ ਲੱਤ ਦਾ ਬਿਲਕੁਲ ਹੀ ਟੁੱਟ ਗਈਆਂ। ਸਰ ਕਿੱਦਾਂ ਹੋਇਆ ਐਕਸੀਡੈਂਟ, ਕੁਝ ਕੀ ਜਾਣਕਾਰੀ ਹੈ? ਇਹ ਵੀਰ ਜੀ, ਇੱਕ ਨਾ ਜੀ ਗੱਡੀ ਰੋਡ ਦੇ ਉੱਪਰ ਪਹਿਲਾਂ ਅਚਾਨਕ ਟਾਇਰ ਫਟਣ ਕਾਰਨ ਖੜੀ ਸੀ ਅਤੇ ਐਸ ਐਸ ਜਿਹੜੀ ਟੀਮ ਆਪਣੀ ਮੌਕੇ 'ਤੇ ਆਈ ਆ ਅਤੇ ਜਿਹੜੀ ਟਰੱਕ ਆ ਮਗਰ ਉਹਨੂੰ ਆਪਣੇ ਕੋਈ ਨਾ ਕਾਰ ਵਾਲੇ ਨੇ ਜਿਵੇਂ ਸਾਈਡ ਮਾਰੀ ਹੁੰਦੀ ਆ ਇੱਦਾਂ ਸਾਈਡ ਮਾਰਨਾ ਉਹਨੂੰ ਬਚਾਉਂਦਾ ਇਹਦੇ ਵਿੱਚ ਆ ਲੱਗੇ ਜੀ। ਜਿਹੜਾ ਮੁੰਡਾ ਟਰੱਕ ਚਾਲਕ ਹੈ ਇਹਦੀ ਲੱਤ ਟੁੱਟ ਗਈ ਆ, ਇਹਨੂੰ ਵਿੱਚੋਂ ਕੱਢ ਕੇ ਹੋਸਪਿਟਲ ਲੈ ਗਈ ਸਾਡੀ ਟੀਮ ਹੁਣੇ ਜੀ ਅਤੇ ਅਸੀਂ ਆ ਰੋਡ ਕਲੀਅਰ ਕਰਾ ਰਹੇ। ਕੁਛ ਪਤਾ ਕਿੱਥੋਂ ਆ ਰਹੇ ਸੀ ਅਤੇ ਕਿੱਥੇ ਜਾ ਰਹੇ, ਕੁਛ ਜਾਣਕਾਰੀ? ਨਹੀਂ ਇਹ ਨਹੀਂ ਜੀ, ਹਾਲੇ ਪਤਾ ਲੱਗਿਆ ਉਹਨੂੰ ਡਰਾਈਵਰ ਨੂੰ ਲੈ ਗਿਆ ਹਸਪਿਟਲ ਤੋਂ ਪੁੱਛ ਕੇ ਦੱਸ ਦਿੰਦੇ। ਕਿੱਦਾਂ ਹਾਲਤ ਡਰਾਈਵਰ? ਠੀਕ ਹੈ ਜੀ, ਉਹਦਾ ਡਰਾਈਵਰ ਠੀਕ ਆ, ਲੱਤ ਉਹਦੀ